ਹਾਂਜੀ ਵੈਲਕਮ ਟੂ ਆਲ ਆਫ ਦੀ ਸੁਆਗਤੀ ਟੂ ਦੇ ਆਪਣੇ ਚੈਨਲ ਐਮ ਐਸ ਡਬਲਯੂ ਸਟਡੀ ਵਿਚ ਹੋਰ ਗੱਲ ਕਰਾਂਗੇ ਪੀ ਐਸਟਾਟ ਜਿਹੜਾ ਥੋੜਾ ਹੋਣੇ ਹੋਇਆ ਸੀ 30 ਮਾਰਚ ਨੂੰ ਆ 30 April ਨੂੰ ਹੋਇਆ ਸੀ ਤੇ ਉਸ ਐਗਜ਼ਾਮ ਦਾ ਜਿਹੜਾ ਆਫੀਸ਼ੀਅਲ ਆਨਸਰ ਕੀਆਂ ਜਿਹੜੀਆਂ ਪਾ ਦਿੱਤੀਆਂ ਗਿਆ ਦੇਖੋ ਆਪਣੀ ਓਮਰ ਓਐਮਆਰ ਸ਼ੀਟ ਨਾਲ ਤੁਸੀਂ ਮਿਲਾ ਕੇ ਆਪਣੇ ਅੰਕ ਜਿਹੜੇ ਚੈੱਕ ਕਰੋ ਆਫੀਸ਼ੀਅਲ ਪਾ ਦਿੱਤੀਆਂ ਗਈ ਉਸ ਤੋਂ ਬਾਅਦ ਜਿਹੜੇ ਕੁਐਸਚਨ ਚੈਲੰਜ ਕਰਨੇ ਹੋਣਗੇ ਉਹਨਾਂ ਤੇ ਵੀ ਆਪਾਂ ਦੱਸਾਂਗੇ ਜਲਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਦੋਂ ਪੀਐਸਟੈਟ ਦੀ ਵੈਬਸਾਈਟ ਤੇ ਜਾਓਗੇ ਇਸ ਤਰ੍ਹਾਂ ਤੁਹਾਨੂੰ ਇੰਟਰਫੇਸ ਖੁੱਲੇਗਾ ਜਿਹੜੇ 1 ਤੋਂ 90 ਅੰਕਾਂ ਦਾ ਜਿਹੜਾ ਇਹ ਲਿੰਕ ਹੈਗਾ ਇਹ ਸਾਰੇ ਵਾਸਤੇ ਕਾਮਨ ਹੋਏਗਾ ਤਾਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੋਈ ਵੀ ਸਬਜੈਕਟ ਹੈਗਾ ਠੀਕ ਹੈ ਮੈਥ ਸਾਇੰਸ ਹੈਗਾ ਆਰਟ ਗ੍ਰਾਫ ਉਰਦੂ ਹੈ ਤਾਂ ਇਸ ਨੂੰ ਡਾਊਨਲੋਡ ਕਰਕੇ ਤੁਸੀਂ ਆਪਣਾ ਕੀ ਕਰ ਸਕਦੇ ਹੋ ਮੈਚਿੰਗ ਕਰ ਸਕਦੇ ਹੋ ਮੈਚਿੰਗ ਕਰ ਤੋਵਾ ਕਮੈਂਟ ਜਰੂਰ ਕਰੋ ਤੁਹਾਡੇ ਕਿੰਨੇ ਅੰਕ ਆਏ ਤੁਸੀਂ ਆਪਣੇ ਚੈਨਲ ਨਾਲ ਜੁੜੇ ਸੀ ਤਿਆਰੀ ਕੀਤੀ ਠੀਕ ਹੈ ਸੋ ਜਲਦੀ ਜੇਕਰ ਕੋਈ ਕਿਸੇ ਕੁਐਸਚਨ ਚ ਆਪਾਂ ਅਫੀਸ਼ੀਅਲ ਆਂਸਰ ਕੀ ਦੇ ਵਿੱਚ ਡਾਟ ਲੱਗੀ ਤਾਂ ਆਪਣੇ ਵੱਲੋਂ ਆਪਾਂ ਉਹਤੇ ਚੈਲੰਜ ਦੇ ਵਾਸਤੇ ਤੁਹਾਨੂੰ ਦੱਸਾਂਗੇ ਜਰੂਰ ਠੀਕ ਹੈ ਜੀ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਸਿਆਕਾਲ ਤੇ ਇਸ ਲੋਬਾ ਜੇਕਰ ਤੁਸੀਂ ਹੋਰ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਕਿਉਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਾਂ ਚੈਨਲ ਤੇ ਜੁੜ ਜਓ ਠੀਕ ਆ ਆਉਣ ਵਾਲੇ ਦਿਨਾਂ ਚ ਤੁਹਾਨੂੰ ਨਵਾਂ ਜਿਹੜਾ ਸੀਟਟ ਜਾਂ ਪੀਐਸਟਟ ਬਾਰੇ ਜਿਹੜੀ ਜਾਣਕਾਰੀ ਮਿਲਦੀ ਰਹੇਗੀ ਉਹਦੀ ਤਿਆਰੀ ਵੀ ਕਰਵਾਈ ਜਾਏਗੀ ਸੋ ਮਾਸਟਰੀ ਦੀ ਨਵੀਂ ਭਰਤੀ ਬਾਰੇ ਵੀ ਜਿਹੜਾ ਤੁਹਾਨੂੰ ਜਲਦੀ ਤਿਆਰੀ ਸਟਾਰਟ ਕਰਾਂਗੇ ਚਾਹੇ ਪੰਜਾਬੀ ਆ ਚਾਹੇ ਐਸਐਸਟੀ ਹੈ ਸੋ ਥੈਂਕ ਯੂ ਟੇਕ ਕੇਅਰ ਬਾਏ ਬਾਏ